ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਚੱਲਦੇ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਕੁਝ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਜਿਸੇ ਵੇ ਪੰਜਾਬ ਦੇ ਮੁੱਖ ਮੰਤਰੀ ਅਤੇ DGP ਪੰਜਾਬ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਕਿ ਕਰਫਿਊ ਦੇ ਦੌਰਾਨ ਲੋਕਾਂ ਦੇ ਨਾਲ ਨਰਮੀ ਨਾਲ ਪੇਸ਼ ਆਇਆ ਜਾਵੇ, ਲੇਕਿਨ ਫਿਰੋਜ਼ਪੁਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਕੁਝ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਦੀ ਅਸਲ ਸੱਚਾਈ ਜਾਣਨ ਦੇ ਲਈ ਜਦੋਂ ਸਾਡੀ ਟੀਮ ਫਿਰੋਜ਼ਪੁਰ ਦੇ ਸਿਰਕੀ ਬਾਜ਼ਾਰ ਦੇ ਰਹਿਣ ਵਾਲੇ ਦੁਕਾਨਦਾਰ ਪ੍ਰੀਤਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਘਰ ਦੀ ਛੱਤ ਗਿਰੀ ਹੋਈ ਸੀ ਅਤੇ ਛੱਤ ਦੇ ਨੀਚਲਾ ਸਮਾਨ ਬਾਹਰ ਕੱਢ ਰਹੇ ਸੀ ਕਿ ਅਚਾਨਕ ਉੱਥੇ ਪੁਲਿਸ ਆ ਗਈ ਅਤੇ ਪੁਲਿਸ ਨੇ ਬਿਨਾਂ ਪੁੱਛਤਾਛ ਕੀਤੇ ਉਹਨਾਂ ਦੇ ਲੜਕੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਲੜਕੇ ਨੂੰ ਗ੍ਰਿਫਤਾਰ ਕਰਕੇ ਲਿਜਾਣ ਲੱਗੀ ਤਾਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ SHO ਮਨੋਜ ਕੁਮਾਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ। ਜਿਸੇ ਬਾਅਦ ਸਾਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਪੁਲਿਸ ਨੇ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਜੋ ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਪੰਜਾਬ ਸਰਕਾਰ ਅਤੇ DGP ਪੰਜਾਬ ਤੋਂ ਇਨਸਾਫ਼ ਦੀ ਮੰਗ ਕਰਦੇ ਕਿਹਾ ਕਿ SHO ਮਨੋਜ ਕੁਮਾਰ ਨੇ ਕਰਫਿਊ ਦੌਰਾਨ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਅਤੇ ਕਰਫਿਊ ਦਾ ਉਲੰਘਣ ਕੀਤਾ ਹੈ ਜਿਸ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਂ ਅਕਾਉਂਟ ਅਕਾਉਂਟ ਆ ਸਾਡੇ ਛੱਤ ਡਿੱਗੀ ਪਈ ਆ ਸਾਰਾ ਮਲਵਾ ਪਿਆ ਜੀ ਬਾਹਰ ਬਜਰੀ ਪਈ ਆ ਸਾਰੀ ਬਜਰੀ ਪਈ ਏ ਆਏ ਹੁਣ ਤੇ ਸਾਡੇ ਛੱਤ ਹੀ ਦੇਖ ਲਓ ਰਿਪੇਅਰ ਕਰਦੇ ਆ ਸਾਰੇ ਉੱਤੋਂ ਜਾਂ ਡਿੱਗਾ ਮਲਵਾ ਹੋ ਗਿਆ ਆਹ ਛੱਤ ਸਾਰੀ ਡਿੱਗੀ ਸਾਰੀ ਡਿੱਗੀ ਹੋ ਗਈ ਸਾਨੂੰ ਤਾਂ ਇਹਨਾਂ ਨੇ ਸਹੂਲਤ ਦੇਣੀ ਸੀ ਸਹੂਲਤ ਦੇਣ 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 ਦੇ ਬਜਾਏ ਸਾਨੂੰ ਉਹਨੇ ਗਾਲਾਂ ਅਤੇ ਡਾਂਗਾਂ ਦਿੱਤੀਆਂ ਅਤੇ ਇਹਨਾਂ ਨੇ ਲੋਕਡਾਊਨ ਦਾ ਅਤੇ ਕਰਫਿਊ ਦੀ ਉਲੰਘਣਾ ਕੀਤੀ ਹੈ SHO ਨੇ ਕੁਛ ਖੁਦ ਨੇ ਨਾ ਮੇਰੇ ਟੈਨ ਕੁੱਟਦੇ ਸੀ ਅਤੇ ਮੈਂ ਜੇ ਛਡਾਣ ਗਿਆ ਉਦੋਂ ਨਾ ਪੁਲਿਸ ਵਾਲੇ ਨੇ ਮੈਨੂੰ ਚਪੇੜ ਮਾਰੀ ਤੇਰੇ ਡਾਂਗ ਵੀ ਹੋਣੀ ਹੋਰ ਵੀ ਮਾਰਿਆ ਡਾਂਗ ਨਹੀਂ ਮਾਰੀ ਹਾਂ ਹੋਰ ਕੀ ਮਾਰਿਆ ਚਪੇੜ ਮਾਰੀ ਸੀ ਤੇਰੇ ਚਪੇੜ ਮਾਰੀ ਅੱਛਾ ਕੀ ਕਹਿੰਦੇ ਮੈਂ ਥੱਲੇ ਡਿੱਗ ਪਿਆ ਤੇ ਬਾਅਦ ਕਹਿੰਦੇ ਤੂੰ ਅੰਦਰ ਚੱਲ ਤੂੰ ਨਸ਼ੀਲਾ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੈਂ ਗਈ ਸੀ ਦਵਾਈ ਆਪਦੀ ਸ਼ੂਗਰ ਚੈੱਕ ਕਰਾਉਣ ਹਾਂਜੀ ਮੇਰੀ ਸ਼ੂਗਰ ਸੀ ਠੀਕ ਤੇ ਮੈਂ ਇੱਥੇ ਆਈ ਹਾਂ ਅਤੇ ਇੱਥੇ ਉੱਥੇ ਰੌਲਾ ਪਿਆ ਆਇਆ ਸੀ ਅਤੇ ਕੁੜਤੇ ਮਾਰਦੇ ਪਏ ਇੱਥੇ ਮੇਰੇ ਮੇਰੇ ਪੋਤਰੇ ਖੜੇ ਨਿਕਲੇ ਮੇਰੇ ਪੋਤਰਿਆਂ ਨੇ ਨਾ ਕੁੱਟਮਾਰ ਕੀਤੀ ਹੈ ਅਤੇ ਮੇਰਾ ਮੈਨੂੰ ਅੱਖਾਂ ਅੱਗੇ ਨੀਅਰ ਪੋਪ ਹੋ ਗਿਆ ਅਤੇ ਮੈਂ ਡਰ ਕਰਕੇ ਜਾ ਪਈ ਸਾਰੀ ਰਾਤ ਮੈਨੂੰ ਨਹੀਂ ਖੜੀ ਮੇਰੀ ਅਜੇ ਤੱਕ ਤਕਲੀਫ 'ਚ ਨਹੀਂ ਠੀਕ ਸਾਡਾ ਮਸਲਾ ਕੋਈ ਨਹੀਂ ਦੁਕਾਨਾਂ ਵਾਲਿਆਂ ਦਾ ਮਸਲਾ ਸਾਡਾ ਮਸਲਾ ਨਹੀਂ ਹੈਗਾ ਸਾਡੀ ਨਹੀਂ ਕੋਈ ਦੁਕਾਨ ਨਹੀਂ ਕੋਈ ਕੁਛ ਪੁਲਿਸ ਨੇ ਜਿਹੜਾ ਤੁਹਾਡੇ ਨਾਲ ਧੱਕਾ ਸ਼ਾਹੀ ਨਹੀਂ ਮੈਨੂੰ ਕੁਛ ਨਹੀਂ ਆਖਿਆ ਮੈਂ ਆਪ ਹੀ ਡਿੱਗ ਜਦੋਂ ਮੇਰੇ ਪੋਤਰੇ ਨੂੰ ਕੁੱਟਿਆ ਨਾ ਤੇ ਮੈਂ ਗਸ਼ ਖਾ ਗਿਆ ਮੈਂ ਉਹਨਾਂ ਨੇ ਹੱਥ ਬੱਧੇ ਨੇ ਦੋ ਵਾਰੀ ਮੈਂ ਹੱਥ ਬੱਧੇ ਉਹਨੇ ਨਾ ਮੈਨੂੰ ਇਹੀ ਕੀਤਾ ਮੇਰੀਆਂ ਬਾਹਾਂ ਨਾ ਗਸ਼ ਮੈਂ ਗਸ਼ ਪੈ ਗਿਆ ਮੈਨੂੰ ਮੈਂ ਜਾ ਪੀ ਪੰਜਾਬ ਪ੍ਰਧਾਨ ਰਿਸੋਰਟ ਅਤੇ ਸਿਰਕੀਬੰਦ ਬਰਾਦਰੀ ਹਾਂਜੀ ਹਾਂਜੀ ਮੇਰਾ 3-4 ਦਿਨ ਤੋਂ ਮਕਾਨ ਦੀ ਛੱਤ ਡਿੱਗ ਪਈ ਸੀਗੀ ਅਤੇ ਅਸੀਂ ਛੱਤ ਠੀਕ ਕਰ ਰਹੇ ਸੀਗੇ ਕੱਲ੍ਹ ਤਕਰੀਬਨ 6:30 ਵਜੇ SHO ਪੂਰੀ ਗਾਰਡ ਦੇ ਨਾਲ ਆਇਆ ਸਾਡੇ ਦੋ ਬਰ ਮੰਜੇ ਬਾਹਰ ਪਏ ਸਨ ਉਹਨਾਂ ਨੂੰ ਚੱਕਣ ਲੱਗੇ ਮੇਰੇ ਲੜਕੇ ਨੇ ਰੋਕਿਆ ਉਹਨਾਂ ਨੂੰ ਅਤੇ ਉਹਨਾਂ ਨੇ ਉਹਨੂੰ ਸਾਨੂੰ ਜੀਪ 'ਚ ਪਾ ਲਿਆ ਮੈਂ ਉਹ ਤੋਂ ਆਵਾਜ਼ ਦਿੱਤੀ ਮੇਰੇ ਲੜਕੇ ਨੂੰ ਕਿਉਂ ਲਿਜਾ ਰਿਹਾ ਜੀ ਹੈਂ ਅਤੇ ਲਿਜਾਣਾ ਸਾਨੂੰ ਵੀ ਲੈ ਜਾਓ ਸਾਰੇ ਪਰਿਵਾਰ ਨੂੰ ਅਸੀਂ ਕੋਈ ਲੋਕਡਾਊਨ ਦੀ ਉਲੰਘਣਾ ਨਹੀਂ ਕੀਤੀ ਕੋਈ ਕਰਫਿਊ ਦੀ ਉਲੰਘਣਾ ਨਹੀਂ ਕੀਤੀ ਸਾਡੀ ਤਾਂ ਛੱਤ ਡਿੱਗੀ ਪਈ ਹੈ ਅਸੀਂ ਤਾਂ ਮੁਸੀਬਤ 'ਚ ਫਸੇ ਪਏ ਹਾਂ ਅਤੇ ਸਾਡੀ ਸਹਾਇਤਾ ਕਰਨ ਦੀ ਬਜਾਏ ਸਾਡਾ ਸਮਾਨ ਚੱਕ ਕੇ ਲਈ ਜਾਂਦੇ ਜੀ ਭਾਈ ਤੁਸੀਂ ਹੈਂ ਉਹ ਕਹਿੰਦਾ ਪਾਓ ਜੀ ਬੁੱਢੇ ਨੂੰ ਵਿੱਚ ਪਾਓ ਹੈਂ ਮੈਨੂੰ ਵੀ ਵਿੱਚ ਪਾਉਣ ਦੀ ਕੋਸ਼ਿਸ਼ ਇਹਨਾਂ ਨੇ ਮੇਰਾ ਸਾਰਾ ਮੁਹੱਲਾ ਬਾਹਰ ਆ ਗਿਆ ਮੇਰੀ ਬਰਾਦਰੀ ਸਾਰੀ ਬਾਹਰ ਆ ਗਈ ਅਤੇ ਬਾਹਰ ਆ ਕੇ ਉਹਨਾਂ ਨੇ ਇਹਨਾਂ ਦੀਆਂ ਮੂਵੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ SHO ਨੇ ਇਹਨਾਂ ਆਰਡਰ ਕੀਤਾ ਕਿ ਇਹਨਾਂ ਦੀਆਂ ਮੂਵੀਆਂ ਜਿਹੜੀਆਂ ਡਿਲੀਟ ਕੀਤੀਆਂ ਜਾਣ ਘਰਾਂ ਦੇ ਵਿੱਚ ਵੜ ਗਏ ਬੱਚਿਆਂ ਨੂੰ ਬੀਬੀਆਂ ਨੂੰ ਕੁੱਟ ਮਾਰਨਾ ਸ਼ੁਰੂ ਕਰਤੀ ਮੋਬਾਇਲ ਖੋਹਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਸਾਰਾ ਮੁਹੱਲਾ ਬਾਹਰ ਆ ਗਿਆ ਅਤੇ ਫਿਰ ਇਹ ਆਪਦੇ ਜੀਪ ਲੈ ਕੇ ਜਿਪਸੀ ਲੈ ਕੇ ਇਹ ਇੱਥੋਂ ਚਲਾ ਗਿਆ ਇਹ ਸ਼ਰੇਆਮ ਮੇਰੇ ਘਰ ਦੇ ਅੰਦਰ ਵੜ ਕੇ ਕਰਫਿਊ ਦੀ ਉਲੰਘਣਾ ਗੁੰਡਾਗਰਦੀ ਕੀਤੀ ਹੈ ਇਹ ਗੁੰਡਾ ਰਾਜ ਗੁੰਡਾ ਇੰਸਪੈਕਟਰ ਦੇ ਉੱਤੇ ਨੱਥ ਪਾਈ ਜਾਵੇ ਇਹਨਾਂ ਨੂੰ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ ਪਿਛਲੇ ਕਈ ਦਿਨਾਂ ਤੋਂ ਕੰਪਲੇਂਟ ਆ ਰਹੀ ਸੀ ਕਿ ਸਿਰਕੀ ਬਾਜ਼ਾਰ ਦੇ ਲੋਕ ਆ ਜਿਹੜੀ ਆਪਦੀ ਦੁਕਾਨਾਂ ਖੋਲ੍ਹ ਕੇ ਅਤੇ ਸਮਾਨ ਦੀ ਵਿਕਰੀ ਕਰ ਰਹੇ ਸ਼ਾਮ ਦੇ ਟਾਈਮ ਇਹ ਡੇਲੀ ਆਪਦੀਆਂ ਦੁਕਾਨਾਂ ਜਿਹੜੀਆਂ ਖੋਲ੍ਹ ਲੈਂਦੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਸੀ ਕੱਲ੍ਹ ਜਦੋਂ ਇਹਨਾਂ ਨੂੰ ਵਾਰਨਿੰਗ ਦੇ ਬਾਵਜੂਦ ਵੀ ਜਦੋਂ ਮੈਂ ਇਹਨਾਂ ਨੂੰ ਫਿਰ ਜਾ ਕੇ ਵਾਰਨਿੰਗ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਸਾਡੇ ਮਗਰ ਮੁਲਾਜ਼ਮਾਂ ਨੇ ਤਾਂ ਇਹਨਾਂ ਨੇ ਮਤਲਬ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ
तो फिर भी जोड़ा थोड़ा सख्ती करके इन्होंने दुकाना जी सारियाँ बंद करवा दी गई समझा बुझा के हूँ अब जी इन्हों की दुकाना बंद है। इस तो बाद जो इन्हों की दुकान किसी ने खोली तो इन्होंने खिलाफ कानूनी कार्रवाई की। सर पुलिस से हमला भी किया गया मतलब? नहीं नहीं हमले वाली कोई गल नहीं, पर इन्होंने विरोध जरूर किया पुलिस का। और इन बारे कोई एफ आई आर की सर जो कट किया जाए खिलाफ एफ आई आर नहीं की वार्निंग देती गई है। इस तो बाद जो इन्होंने किसी ने दुकान खोली तो इन्होंने खिलाफ कानूनी कार्रवाई करा।